ਸਤਨਾਮ ਸ਼੍ਰੀ ਵਾਹਿ ਗੁਰੂ ਸਾਹਿਬ ਜੀ ਬਿਹਗੜਾ ਮਹੱਲਾ ਪੰਜਵਾ ਖੋਜਤ ਸੰਤ ਫਿਰਹਿ ਪ੍ਰਭ ਪ੍ਰਾਣ ਅਧਾਰੇ RAM ਤਾਣ ਤਨ ਖੀਨ ਪਿਆ बिन मिलत प्यारे राम खोजत संत फिर है प्रभ प्राण अदारे राम ताण खीन पया बिन मिलत प्यारे राम प्रभ मिलो प्यारे मया तारे ਕਰ ਦਇਆ ਲੜ ਲਾਈ ਲੀ ਜੀਏ ਦੇਹ ਨਾਮ ਆਪਣਾ ਜਪਿਓ ਸੁਆਮੀ ਹਰ ਦਰਸ ਪੀਖੇ ਜੀ ਜੀਏ ਸਮਰੱਥ ਪੂਰਨ ਸਦਾ ਨਹਿ ਚਲ ਊਚ ਅਗਮ ਅਪਾਰੇ ਬਿਨਵੰਤ ਨਾਨਕ ਤਾਰ ਕਿਰਪਾ ਮਿਲਿਓ ਪ੍ਰਾਨ ਪਿਆਰੇ ਜਪ ਤਪ ਬਰਤ ਕੀਨੇ ਵੇਖਣ ਕੋ ਚਰਨ ਆ ਰਾਮ ਤਪ ਤਨਾ ਕਤ ਹੈ ਬੂਜੇ ਬਿਨ ਸੁਆਮੀ ਸਰਣਾ ਰਾਮ ਪ੍ਰਭ ਸਰਣ ਤੇਰੀ ਕਾਟ 베ਰੀ ਸੰਸਾਰ ਸਾਗਰ ਤਾਰੀਐ ਅਨਾਥ ਨਿਰਗੁਣ ਕਸ਼ੂ ਨਾ ਜਾਣਾ ਮੇਰਾ ਗੁਣ ਔ ਗੁਣ ਨਾ ਵਿਚਾਰੀਐ ਦੀਨ ਦਿਆਲ ਗੋਪਾਲ ਪ੍ਰੀਤਮ ਸਮਰਥ ਕਾਰਣ ਕਰਣਾ ਨਾਨਕ ਚਾਤ੍ਰਿਕ ਹਰ ਬੂੰਦ ਮੰਗੇ ਜਪ ਜੀਵਾ ਹਰ ਹਰ ਚਰਣਾ ਆਮੇ ਉਸ ਰੋ ਰੋ ਪੀਓ ਹਰ ਹਰ ਨਾਮ ਆ ਰਾਮ ਸੰਤ ਹੈ ਸੰਗ ਮਿਲੇ ਜਪ ਪੂਰਨ ਕਾਮ ਆ ਰਾਮ ਸਭ ਕਾਮ ਪੂਰਨ ਦੁਖ ਬਦੀਰਨ ਹਰ ਨਿਮਕ ਮਨ ਹੋ ਨਾ ਬੀਸਰੇ ਆਨੰਦ ਅਨ ਦਿਨ ਸਦਾ ਸਾਚਾ ਸਰਬ ਗੁਣ ਜਗ ਦੀਸਰੇ ਅਗਨਤ ਊਚ ਅਪਾਰ ਠਾਕੁਰ ਅਗੰਮ ਜਾ ਕੋ ਧਾਮ ਬਿਨਵੰਤ ਨਾਨਕ ਮੇਰੀ ਇਛਾ ਪੂਰਨ ਮਿਲੇ ਸ੍ਰੀ ਰੰਗ ਰਾਮਾ ਕਈ ਕੋਟਿਕ ਜਗ ਫਲਾ ਸੁਣ ਗਾਵਣ ਹਾਰੇ ਰਾਮ ਹਰ ਹਰ ਨਾਮ ਜਪਤ ਕੁਲ ਸਗਲੇ ਤਾਰੇ ਰਾਮ ਹਰ ਨਾਮ ਜਪਤ ਸੋਹੰਤ ਪ੍ਰਾਣੀ ਤਾਂ ਕੀ ਮਹਿਮਾ ਕਿਤ ਗਣਾ ਹਰ ਬਿਸਰ ਨਾਹੀ ਪ੍ਰਾਨ ਪਿਆਰੇ ਚਿਤਵੰਤ ਦਰਸ਼ਨ ਸਦਮਨਾ ਸੁਭ ਦਿਵਸ ਆਏ ਗਹਿ ਕੰਠ ਲਾਏ ਪ੍ਰਭ ਊਚ ਅਗਮ ਅਪਾਰੇ ਬਿਨਵੰਤ ਨਾਨਕ ਸਫਲ ਸਭ ਕਿਛ ਪ੍ਰਭ ਮਿਲੇ ਅਤ ਪਿਆਰੇ ਸੋਬ ਦਿਵਸ ਆਏ ਗਹਿ ਕੰਠ ਲਾਏ ਪ੍ਰਭ ਊਚ ਅਗੰਮ ਅਪਾਰੇ ਬਿਨਵੰਤ ਨਾਨਕ ਸਫਲ ਸਭ ਕਿਸ ਪ੍ਰਭ ਮਿਲੇ ਅਤ ਪਿਆਰੇ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਬਿਹાગੜਾ ਮਹੱਲਾ ਪੰਜਵਾਂ ਹੇ ਭਾਈ ਸੰਤ ਜਨ ਜਿੰਦ ਦੇ ਆਸਰੇ ਪ੍ਰਮਾਤਮਾ ਨੂੰ ਸਦਾ ਭਾਲਦੇ ਫਿਰਦੇ ਹਨ ਪਿਆਰੇ ਪ੍ਰਭੂ ਨੂੰ ਮਿਲਨ ਤੋਂ ਬਿਨਾ ਉਹਨਾਂ ਦਾ ਸਰੀਰ ਲਿੱਸਾ ਪੈ ਜਾਂਦਾ ਹੈ ਉਹਨਾਂ ਦਾ ਸਰੀਰਿਕ ਬਲ ਘਟ ਜਾਂਦਾ ਹੈ ਹੇ ਪਿਆਰੇ ਪ੍ਰਭੂ ਮਿਹਰ ਕਰ ਕੇ ਮੈਨੂੰ ਮਿਲ ਦਇਆ ਕਰ ਕੇ ਮੈਨੂੰ ਆਪਣੇ ਲੜ ਲਾ ਲੈ ਹੇ ਮੇਰੇ ਸੁਆਮੀ ਮੈਨੂੰ ਆਪਣਾ ਨਾਮ ਦੇ ਮੈਂ ਤੇਰੇ ਨਾਮ ਨੂੰ ਸਦਾ ਜਪਦਾ ਰਹਾ ਤੇਰਾ ਦਰਸ਼ਨ ਕਰਕੇ ਮੇਰੇ ਅੰਦਰ ਆਤਮਿਕ ਜੀਵਨ ਪੈਦਾ ਹੋ ਜਾਂਦਾ ਹੈ ਨਾਨਕ ਬੇਨਤੀ ਕਰਦਾ ਹੈ ਏ ਸਭ ਤਾਕਤਾਂ ਦੇ ਮਾਲਕ ਏ ਸਰਵ ਵਿਆਪਕ ਏ ਸਦਾ ਅਟਲ ਰਹਿਣ ਵਾਲੇ ਏ ਸਭ ਤੋਂ ਉੱਚੇ ਏ ਅਪਹੁੰਚ ਏ ਬੇਅੰਤ ਏ ਜਿੰਦ ਤੋਂ ਮੇਰੇ ਪਿਆਰੇ ਮਿਹਰ ਕਰ ਮਿਹਰ ਕਰਕੇ ਮੈਨੂੰ ਆਮਿਲ ਪਰਮਾਤਮਾ ਦੇ ਚਰਨਾਂ ਦਾ ਦਰਸ਼ਨ ਕਰਨ ਵਾਸਤੇ ਅਨੇਕਾ ਜਪ ਕੀਤੇ ਥੂੜੀਆਂ ਤਪਾਈਆਂ ਵਰਤ ਰੱਖੇ ਪਰ ਮਾਲਕ ਪ੍ਰਭੂ ਦੀ ਸਰਨ ਤੋਂ ਬਿਨਾਂ ਕਿਤੇ ਵੀ ਮਨ ਦੀ ਤਪਸ਼ ਨਹੀਂ 부ਝਦੀ। हे ਪ੍ਰਭੂ ਮੇਰਾ ਹੋਰ ਕੋਈ ਆਸਰਾ ਨਹੀਂ ਮੈਂ ਗੁਣਹੀਨ ਹਾਂ। ਸੰਸਾਰ ਸਮੁੰਦਰ ਤੋਂ ਪਾਰ ਲੰਘਣ ਲਈ ਮੈਂ ਕੋਈ ਟੰਗ ਨਹੀਂ ਜਾਣਦਾ। ਮੇਰਾ ਨਾਂ ਕੋਈ ਗੁਣ ਨਾ ਕੋਈ ਅਗੁਣ ਕੋਈ ਵੀ ਆਪਣੇ ਖਿਆਲ ਵਿੱਚ ਨਾ ਲਿਆਵੀਂ। ਏ ਨਾਨਕ ਕਾ ਖੇ ਦੀਨ ਉਤੇ ਦਇਆ ਕਰਨ ਵਾਲੇ ਹੈ ਸ੍ਰਿਸ਼ਟੀ ਦੇ ਰਾਖੇ ਹੈ ਪ੍ਰੀਤਮ ਹੈ ਸਾਰੀਆਂ ਤਾਕਤਾਂ ਦੇ ਮਾਲਕ ਹੈ ਜਗਤ ਦੇ ਮੂਲ ਜਿਵੇਂ ਪਪੀਹਾ ਵਰਖਾ ਦੀ ਬੂੰਦ ਮੰਗਦਾ ਹੈ ਤਵੇਂ ਮੈਂ ਤੇਰਾ ਨਾਮ ਅੰਮ੍ਰਿਤ ਬੂੰਦ ਮੰਗਦਾ ਹਾਂ ਤੇਰੇ ਚਰਨਾਂ ਦਾ ਧਿਆਨ ਧਰ ਧਰ ਕੇ ਮੈਨੂੰ ਆਤਮਿਕ ਜੀਵਨ ਪ੍ਰਾਪਤ ਹੁੰਦਾ ਹੈ ਏ ਭਾਈ ਪ੍ਰਮਾਤਮਾ ਨਾਮ ਆਤਮਿਕ ਜੀਵਨ ਦੇਣ ਵਾਲੇ ਜਲ ਦਾ ਪਵਿੱਤਰ ਤਲਾਬ ਹੈ ਇਸ ਵਿੱਚੋਂ ਪਿੰਦੇ ਰਿਹਾ ਕਰੋ ਪਰ ਇਹ ਨਾਮ ਜਲ ਸੰਤ ਜਨਾਂ ਦੀ ਸੰਗਤ ਵਿੱਚ ਰਹਿਹਾ ਹੀ ਮਿਲਦਾ ਹੈ। ਏਹ ਹਰ ਨਾਮ ਜਪ ਕੇ ਸਾਰੇ ਕਾਰਜ ਸਿਰੇ ਚੜ ਜਾਂਦੇ ਹਨ। ਏ ਭਾਈ ਜਗਤ ਦੇ ਮਾਲਕ ਪਰਮਾਤਮਾ ਵਿੱਚ ਸਾਰੇ ਹੀ ਗੁਣ ਮੌਜੂਦ ਹਨ। ਉਹ ਸਭ ਜੀਵਾਂ ਦੇ ਸਾਰੇ ਕਾਰਜ ਸਿਰੇ ਚੜਨ ਵਾਲਾ ਹੈ। ਸਭ ਦੇ ਦੁੱਖ ਨਾਸ਼ ਕਰਨ ਵਾਲਾ ਹੈ। ਉਹ ਸਦਾ ਹੀ ਕਾਇਮ ਰਹਿਣ ਵਾਲਾ ਹੈ। ਜਿਸ ਨੂੰ ਕਦੇ ਮਨ ਤੋਂ ਉਹ ਪਰਮਾਤਮਾ ਅੱਖ ਚਮਕਣ ਜਿੰਨੇ ਸਮੇ ਲਈ ਵੀ ਨਹੀਂ ਵਿਸਰਦਾ। ਉਹ ਮਨੁੱਖ ਸਦਾ ਹਰ ਵੇਲੇ ਆਤਮਿਕ ਆਨੰਦ ਮਾਨਦਾ ਹੈ। ਏ ਭਾਈ ਪ੍ਰਮਾਤਮਾ ਅਣਗਿਣਤ ਗੁਣਾ ਵਾਲਾ ਹੈ, ਸਭ ਤੋਂ ਉੱਚਾ ਹੈ, ਬੇਅੰਤ ਹੈ, ਸਭ ਦਾ ਮਾਲਕ ਹੈ, ਸਭ ਦਾ ਟਿਕਾਣਾ। ਮੇਰੀ ਅਕਲ ਸਿਆਨ ਵਿਦੇ ਆਸਰੇ ਪਹੁੰਚੈ। ਨਾਨਕ ਬੇਨਤੀ ਕਰਦਾ ਹੈ, ਏ ਭਾਈ ਮੈਨੂੰ ਲక్ష్ਮੀਪਤੀ ਪ੍ਰਮਾਤਮਾ ਮਿਲ ਪਿਆ ਹੈ, ਮੇਰੀ ਚਿਹਰਾ ਦੀ ਤਾਂਗ ਬੁਰੀ ਹੋ ਗਈ ਹੈ। ਪਰਮਾਤਮਾ ਦੀ ਸ਼ਿਵਸਲਾ ਦੇ ਗੀਤ ਗਾਉਣ ਵਾਲੇ ਮਨੁੱਖ ਪਰਮਾਤਮਾ ਦਾ ਨਾਮ ਸੁਣ ਸੁਣ ਕੇ ਕਈ ਕਰੋੜਾਂ ਜੱਗਾਂ ਦੇ ਫਲ ਪ੍ਰਾਪਤ ਕਰ ਲੈਂਦੇ ਹਨ ਭਾਵ ਕਰੋੜਾਂ ਕੀਤੇ ਹੋਏ ਜੱਗ ਵੀ ਹਰ ਨਾਮ ਦੇ ਟੱਕਰੇ ਤੇ ਤੁਸ਼ ਹਨ ਪਰਮਾਤਮਾ ਦਾ ਨਾਮ ਜਪਦੇ ਆ ਜਪਣ ਵਾਲੇ ਮਨੁੱਖ ਆਪਣੀਆਂ ਸਾਰੀਆਂ ਕੋਲਾਂ ਵੀ ਤਾਰ ਲੈਂਦੇ ਹਨ ਪਰਮਾਤਮਾ ਨਾਮ ਜਪਦੇ ਆ ਜਪਦੇ ਆ ਮਨੁੱਖ ਸੋਹਣੇ ਜੀਵਨ ਵਾਲੇ ਬਣ ਜਾਂਦੇ ਹਨ ਉਹਨਾਂ ਦੇ ਆਤਮਿਕ ਜੀਵਨ ਦੀ ਵੜਿਆਈ ਕਿੰਨੀ ਖੂਪ ਮੈਂ ਦੱਸਾਂ ਉਹ ਸਦਾ ਆਪਣੇ ਮਨਾਂ ਵਿੱਚ ਪਰਮਾਤਮਾ ਦਾ ਦਰਸ਼ਨ ਤਾਂਘਦੇ ਫਿਰਦੇ ਆਂ ਤੇ ਅਰਦਾਸਾਂ ਕਰਦੇ ਰਹਿੰਦੇ ਆਂ ਏ ਪ੍ਰਾਨ ਪਿਆਰੇ ਸਾਡੇ ਮਨ ਤੋਂ ਕਦੇ ਨਾ ਵਿਸਰ ਸਭ ਤੋਂ ਉੱਚਾ ਪਹੁੰਚ ਤੇ ਬਿਆੰਤ ਪ੍ਰਭੂ ਜਿਨ੍ਹਾਂ ਬੜਵੱਗੀਆਂ ਨੂੰ ਫੜ ਕੇ ਆਪਣੇ ਗਨ ਨਾਲ ਲਾ ਲੈਂਦਾ ਹੈ ਉਹਨਾਂ ਦੀ ਜ਼ਿੰਦਗੀ ਦੇ ਭਾਗਾਂ ਵਾਲੇ ਦਿਨ ਆ ਜਾਂਦੇ ਹਨ ਨਾਨਕ ਬੇਨਤੀ ਕਰਦਾ ਹੈ हे ਭਾਈ ਜਿਨ੍ਹਾਂ ਮਨੁੱਖਾਂ ਨੂੰ ਬਹੁਤ ਪਿਆਰਾ ਫਰਮਾਤਾ ਮਿਲ ਪੈਂਦਾ ਹੈ ਉਹਨਾਂ ਦੇ ਜੀਵਨ ਦਾ ਹਰੇਕ ਕਾਰ ਸਿਰੇ ਚੜ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ